ਵੀਡੀਓ ਸੁਣਨ ਵਾਲੇ ਸਾਰਿਆਂ ਯਾਰਾਂ ਦੋਸਤਾਂ ਭੈਣ ਭਰਾਵਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕੁਮ। ਅਤੇ ਇਹ ਫਰਮਾਇਸ਼ ਆਈ ਹੈ ਇੰਗਲੈਂਡ ਤੋਂ ਅੱਜ ਕਾਫੀ ਦਿਨਾਂ ਦੀ, ਅਤੇ ਅੱਜ ਥੋੜ੍ਹਾ ਜਿਹਾ ਟਾਈਮ ਲੱਗਿਆ ਅਤੇ ਮੈਂ ਕਿਹਾ ਚਲੋ ਫਰਮਾਇਸ਼ ਪੂਰੀ ਕਰ ਛੱਡਾਂ। ਮੇਰਾ ਤਾਂ ਦਿਲ ਸੀ ਕੋਈ ਸਾਦਾ ਨਾਲ ਭਰਨੇ ਦੇ, ਅਤੇ ਚਲੋ ਜੋ ਨਹੀਂ ਫਿਰ ਸਾਦਾ ਨਾਲ ਭਰ ਲਾਂਗੇ। ਇਹ ਭਰਜਾਈ ਮੇਰੀ ਦੀ ਫਰਮਾਇਸ਼ ਵੀ ਅਰਸ਼ ਦਾ ਕਿੱਸਾ ਜਿਹੜਾ ਉਹ ਭਰ ਕੇ ਚੋਰੋ। ਆ ਸਾਡੇ ਕੋਲ ਹੀ ਬੜਾ ਪਿੰਡ ਸਾਦੇ ਚੱਕ, ਉੱਥੇ ਅਲੀ ਮੁਹੰਮਦ ਨੱਤ ਹੋਇਆ। ਅੱਲਾ ਪਾਕ ਨੇ ਉਹਨੂੰ ਪੁੱਤਰ ਦਿੱਤਾ, ਉਹਦਾ ਨਾਂ ਉਹਨਾਂ ਰੱਖਿਆ ਅਰਸ਼ਦ ਮਹਿਮੂਦ। ਯਾਰਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਛੁੱਟੀਆਂ ਹੋਈਆਂ ਗਰਮੀਆਂ ਦੀਆਂ, ਅਤੇ ਮਾਂ ਨੂੰ ਆਖਦਾ ਮੇਰਾ ਦਿਲ ਕਿਆ ਕਰਦਾ, ਮੈਂ ਮਾਮੇ ਨੂੰ ਮੇਰਾ ਵਾ ਅੱਖਰ। ਉਹਦਾ ਮਾਮਾ ਰਹਿੰਦਾ ਸੀ, ਦੂਜਾ ਮਾਮਾ ਉਹਦਾ ਬਿਸ਼ੌਰ ਹੁੰਦਾ ਸੀ। ਅਤੇ ਉਹ ਜਿਉਂ ਜਿਉਂ ਅੱਗੇ ਚੱਲਦੇ ਹਾਂ ਜਿਉਂ ਤੋਂ ਤੁਹਾਨੂੰ ਦੱਸਾਂਗੇ ਆਗਾਜ਼ ਉੱਤੇ ਬਾਬੇ ਨਾਇਕ ਕਸੂਰਮੰਦ ਨੇ ਕਿੱਸਾ ਬਣਾਇਆ। ਅਤੇ ਪਹਿਲਾਂ ਉਸ ਦਾਤ ਪਾਕ ਦੀ ਆਮਦ ਬਿਆਨ ਕਰਨਾ। ਉਹ
ਸੋਹਣਾ ਵਾਂਗ ਯੂਸਫ
ਜਲਾਲ ਗਵਾਇਆ ਕਸੂਰ ਮੰਦ ਉਹਨਾਂ ਨੇ ਜੀਵਣਾ ਕੀ ਉਹ ਜਨਾਈਓ ਜਲਾਲ ਗਵਾਇਆ ਪੈ ਦੱਸਦੇ ਨੇ ਫਾਨੀ ਛੋੜ ਦੁਨੀਆ ਵਿਦਿਆ ਸਾਥੀ ਅਰਸ਼ਦ ਮਹਿਮੂਦ ਹੋਇਆ ਅਚਨ ਚੇਤ ਪਿਆ ਨੇਰਾ ਜਾਗੇ ਅੰਦਰ ਉਹ ਸੂਰਜ ਦਿਲਾਂ ਦਾ ਜਦੋਂ ਗਰੂਬ ਹੋਇਆ ਅਲੀ ਮੁਹੰਮਦ ਦਾ ਪੁੱਤਰ ਮਹਿਮੂਦ ਅਰਸ਼ਦ ਦੇ ਮਾਪਿਆਂ ਨੂੰ ਗੁਜ਼ਾਰਦਾ ਹੈ ਆਂਦਾ ਹੋਈਆਂ ਛੁੱਟੀਆਂ ਮੈਂ ਮਾਮੇ ਨੂੰ ਮਿਲ ਆਵਾਂ ਲੱਗਾ ਸ਼ੌਕ ਪਿਸ਼ੌਰ ਬਾਜ਼ਾਰ ਦਾ ਹੈ ਉਹਦੀ ਮੌਤ ਦਾ ਵਕਤ ਕਰੀਬ ਆਇਆ ਮਲਕਣ ਮੌਤ ਪਿਆ ਛਾਪੇ ਮਾਰਦਾ ਬੰਦੇ ਨੂੰ ਪਤਾ ਤਾਂ ਨਹੀਂ ਕਿਹੜੇ ਮੋੜ ਤੇ ਆ ਜਾਣੀ ਘਰੋਂ ਖੁਸ਼ੀਆਂ ਤੇ ਚਾਵਾਂ ਦਾ ਮਾਮੇ ਨੂੰ ਮਿਲਣ ਗਿਆ ਅੱਗੇ ਐਕਸੀਡੈਂਟ ਹੋ ਗਿਆ ਤੇ ਮਰ ਗਿਆ
ਇਹ ਕੋਈ ਬੰਦੇ ਨੂੰ ਪਤਾ ਨਹੀਂ ਵੀ ਕਿਹੜੇ ਰੋਡ ਤੇ ਮੁੱਕ ਜਾਣੀ ਹੈ। ਬੰਦੇ ਨੂੰ ਨਹਾ ਧੋ ਕੇ ਤਿਆਰ ਰਹਿਣਾ ਚਾਹੀਦਾ। ਤੇ ਮਾਂ ਨੇ ਆਖਿਆ ਜਾ 100 ਵਾਰ ਬੱਚਾ, ਮਾਵਾਂ ਤੇ ਨਹੀਂ ਆਂਦੀਆਂ ਵੀ ਤੂੰ ਨਾ ਜਾ, ਨਾ ਨਾ ਜਾ 100 ਵਾਰ ਬੱਚਾ ਪਾ ਕੇ ਕੱਪੜੇ ਤੇ ਤੁਰੰਤ ਤਿਆਰ ਹੋਇਆ। ਵਿਦਿਆ ਅੰਮਾ ਜੀ ਹੋ ਕੇ ਗੁਜਰਾਤ ਪਹੁੰਚਿਆ ਤੇ ਕੋਈ ਬੱਸ ਦੇ ਉੱਤੇ ਸਵਾਰ ਹੋਇਆ। ਤੈ ਲੱਗਾ ਝੱਟ ਨਹੀਂ ਲੱਥਾ ਜਾ ਗੱਖਣ, ਉਹ ਮਾਮਾ ਵੇਖ ਖੁਸ਼ੀਓਂ ਇੱਕ ਥੀ ਚਾਲ ਹੋਇਆ, ਮਾਮਾ ਨਾ ਮਾਮੇ ਨੂੰ ਮਿਲਣ ਪਿਛੋਰ ਜਾਣਾ, ਉਹ ਕਸੂਰ ਮੰਦ ਜਿਉਂ ਬੇਕਰਾਰ ਹੋਇਆ। ਅੰਮਾ ਨੂੰ ਵਿਦਿਆ ਹੋ ਕੇ ਅੰਮਾ ਨੇ ਨਵਾ ਧਵਾ ਕੇ ਕੱਪੜੇ ਪਾਏ ਨੇ ਤੇ ਆਖਿਆ ਜਾ ਮੇਰਾ ਪੁੱਤਰ ਗੁਜਰਾਤ ਵਾਸਤੇ ਬੈਠਾ ਗੱਖੜ ਜਾ ਕੇ ਜਿਸ ਵੇਲੇ ਲੱਥਿਆ ਤੇ ਮਾਮਾ ਵੇਖ ਕੇ ਤੇ ਬੜਾ ਖੁਸ਼ ਹੋਇਆ ਤੇ ਆਖਦਾ ਮਾਮਾ ਮੈਂ ਮਾਮੇ ਨੂੰ ਮਿਲਣ ਪਿਛੋਰ ਜਾਣਾ, ਪਹਿਲਾਂ ਉਸ ਮਾਮੇ ਨਾਲ ਮੇਰਾ ਵਾ। ਤੇ ਉਹਨੇ ਆਖਿਆ ਵੀ ਉਹ ਵਾਕਫ ਸਾ ਨਾ ਟਰੱਕ ਆ ਸਬਜ਼ੀ ਲੱਦ ਕੇ ਚੱਲਾ ਸੀ, ਤੇ ਉਹਨੇ ਆਖਿਆ ਚੱਲ ਟਰੱਕ ਚੱਲਿਆ ਮੈਂ ਤੈਨੂੰ ਉਹਦੇ ਤੇ ਬਾਦਸ਼ਾਹ ਨਾਲ ਜਾ ਕੇ ਤੇ ਪਿਛੋਰ ਲੈ ਜੇ ਟਰੱਕ ਆ ਇਹਨਾਂ ਗੱਲ ਕੀਤੀ ਉਸ ਨੂੰ। ਮਾਮਾ ਮੈਂ ਮਾਮੇ ਨੂੰ ਮਿਲ ਪਿਛੋਰ ਜਾਣਾ, ਕਸੂਰ ਮੰਦ ਜੂ ਬੇਕਰਾਰ ਹੋਇਆ। ਤੇ ਮਾਮਾ ਆਉਂਦਾ ਆ ਚੱਲ ਚੱਲਿਆ ਟਰੱਕ ਲੈ ਸਬਜ਼ੀ, ਉਹਨਾਂ ਲੱਦ ਲਿਆ ਪੂਰਾ ਪਾਰ ਹੋਇਆ। ਸ਼ਾਮ ਦੇ 7 ਵਜੇ ਡਰਾਈਵਰ ਦੇ ਕੋਲ ਬੈਠਾ ਤੇ ਟਰੱਕ ਵਿੱਚ ਰਫਤਾਰ ਹੋਇਆ। ਆਸ ਦੇ ਖੇਡ ਦੇ ਜਾਣ ਟਰੱਕ ਉੱਤੇ ਅੱਧੇ ਆਸ ਦੇ ਖੇਡ ਦੇ ਜਾਣ ਟਰੱਕ ਉੱਤੇ ਨਸ਼ਹਿਰੇ ਪਿਛੋਰ ਦਾ ਅੱਧ ਵਿਸ਼ਕਾਰ ਹੋਇਆ। ਐਕਸੀਡੈਂਟ ਹੋਇਆ ਅਰਸ਼ਦ, ਉਹ ਸੌਦਾ ਨਕਦ ਨਹੀਂ ਮੂਲ ਉਦਾਰ ਹੋਇਆ। ਤੇ 14 ਜੇਠ ਨੂੰ ਅਰਸ਼ਦ ਦੀ ਲਾਸ਼ ਆ ਗਈ। ਉਹ ਉੱਠ ਮਾਪਿਆਂ ਇਸਤਕਬਾਲ ਕੀਤਾ, ਇਟਕਾ ਫਰਸ਼ ਤੇ ਪਿਓ ਪਿੰਡ ਪਿੰਡ ਮਾਨ ਮੰਦਾਰ ਕੀਤਾ। ਸਿਰ ਖੋਲ ਕੇ ਸਾਦਾ ਬੁੱਕ ਪਾ ਕੇ ਉਹ ਬੁੱਤ ਖੋਲ ਕੇ ਇਕਵਾਲ ਕੀਤਾ, ਮੈਨੂੰ ਪੈਣੀ ਸੀ ਦਾੜ ਕਸੂਰ ਮੰਦਾ, ਤੱਤੀ ਟੁਰਦਿਆ ਨਹੀਂ ਖਿਆਲ ਕੀਤਾ। 13 ਜੇਠ ਜੀ ਨੂੰ ਘਰੋਂ ਕਿਹਾ ਜਾਂਦਾ ਤੇ 14 ਜੇਠ ਨੂੰ ਲਾਸ਼ ਆ ਜਾਂਦੀ ਹੈ। 73 ਜੇਠ ਇਸਵੇ ਜਵਾਨ ਪੁੱਤਰ ਦੇ ਪੁੱਤਰ ਵੀ ਇੱਕ ਹੀ ਹੋਵੇ ਤੇ 78 ਜੇਠ ਉਹਦੀ ਲਾਸ਼ ਆ ਜਾਏ ਤੇ ਮਾਪਿਆਂ ਤੇ ਫਿਰ ਕਿਹੜੀ ਬੀਤੀ ਹੈ। ਤੇ ਮੀਆਂ ਕਸੂਰ ਮਾਨਾਂ ਦਾ ਵੀ ਮਾਂ ਜਿਹੜੇ ਵੈਣ ਵੀ ਕਰਦੀ ਉਹ ਥੋੜੇ ਜਿਹੇ ਉਹਨੇ ਬਿਆਨ ਕੀਤੇ, ਕਿਉਂਕਿ ਲੋਕਾਂ ਵਾਸਤੇ ਤੇ ਗਾਉਣ ਹੁੰਦੇ ਨੇ, ਜਿਹਨੂੰ ਲੱਗੀ ਹੋਵੇ ਉਹਦੇ ਵਾਸਤੇ ਵੈਣ ਹੁੰਦੇ ਨੇ। ਤੇ ਮਾਰ ਦੀ ਹੈ ਵੇ ਮਾਨੇ ਜੀ ਜੰਮੀ ਘਰ ਮਾਪਿਆਂ ਦੇ ਆਇਆ ਅਰਸ਼ਦ ਅਰਸ਼ਦ ਕਰ ਕਿਨੋ ਬੁਲਾਉਂਦੀ ਮੈਂ ਤੇ ਕਿਹੜਾ ਕੇ ਆਖੇ ਦਾ ਉੱਠ ਅੰਮਾ, ਉਹ ਕਿਦਾ ਚੁੰਮ ਕੇ ਮੂੰਹ ਗੜ ਲਾਉਂਦੀ ਮੈਂ, ਕਿਹੜਾ ਰੋਟੀ ਤੂੰ ਸੇ
ਕਿਵੇਂ ਬਾਜ ਤੇਰੇ ਪਿਆ ਖਾਵੇ ਮੈਂ ਮਗਰ ਜਾਦੀ ਮੈਂ ਮਦਰਸਿਓ ਚੁੱਕ ਬਸਤਾ ਉਹ ਕਰਕੇ ਬਿਸਮਿਲਾ ਮਜੀ ਜਾਦੀ ਮੈਂ ਅੱਖ ਵਿੱਚ ਸੁਰਮਾ ਪਾਦੀ ਮੈਂ ਕਿਨੂੰ ਮਾਰ ਜਫਾ ਦਮਿਆ ਕੋਲ ਪਾ ਕੇ ਉਹ ਸਰ ਦੇ ਸੀਨੇ ਵਿੱਚ ਠੰਡ ਪਾਦੀ ਮੈਨੂੰ ਜਲਦੀ ਦੇ ਜਵਾਬ ਪੁੱਤਰਾ ਕਿਨੂੰ ਨਾਲ ਲੈ ਕੇ ਜਾਂਦੀ ਮੈਂ ਤੇ ਜਲਦੀ ਵਾਰ ਨਾ ਕੋਈ ਖਬਰ ਦਿੱਤੀ ਉਹ ਕਿਹੜੇ ਪਿੰਡ ਖਤ ਚਿੱਠੀਆਂ ਪਾਉਂਦੀ ਮੈਂ ਉਹ ਸੱਸੀ ਵਾਂਗ ਸੁੱਤਿਆ ਮੈਨੂੰ ਚੋਰ ਪੈ ਉਹ ਕਿਹਦੇ ਕੋਲੋਂ ਖੁਰਾਕ ਡਾਂਦੀ ਮੈਂ ਤੇਰੀ ਮੌਤ ਦੀ ਸੀਨੇ ਵਿੱਚ ਅੱਗ ਬਲਦੀ ਉਹ ਨਾਲ ਅਥਰੂਆਂ ਕਿਵੇਂ ਬਜਾਂਦੀ ਮੈਂ ਮੇਰੀ ਨੂੰ ਜਿਹੜੀ ਤੇਰੀ ਮੰਗ ਅਰਸ਼ਦ ਉਹ ਕਿਵੇਂ ਉਸ ਤੂੰ ਛੁਪਾਉਂਦੀ ਮੈਂ ਕਿੰਨੀਆਂ ਕਲਾ ਦੀ ਮਾਇਆਂ ਸੱਤ ਵਾਜੇ ਉਹ ਕਿਤੇ ਵਾਸਤੇ ਦੇਚੜਾਉਂਦੀ ਮੈਂ ਅੱਥੀ ਕਰਕੇ ਸਗਨ ਸਮੋਤ ਸਾਰੇ ਉਹ ਕਿਦਿਆ ਥਾਂ ਮਹਿੰਦੀ ਲਾਉਂਦੀ ਮੈਂ ਤੇ ਕਿਨੂੰ ਚਾਰ ਘੋੜੀ ਦਾਣਾ ਚਾਰ ਕੇ ਤੇ ਉਹ ਪੱਗ ਬੰਨ ਮਹਾਰਾਜ ਬਣਾਉਂਦੀ ਮੈਂ ਤੇਰੇ ਵੇਖ ਖਡਾਉਣੇ ਤੇ ਨਵੇਂ ਕੱਪੜੇ ਉਹ ਸਾਵਣ ਵਾਂਗ ਰਾਮੀ ਬਰਸਾਉਂਦੀ ਮੈਂ ਤੇ ਤੇਰੇ ਜਾਗਣੇ ਦਾ ਵੇਲਾ ਯਾਦ ਮੈਨੂੰ ਉਹ ਚੜ ਕੇ ਕੋਠੇ ਤੇ ਕਿਨੂੰ ਜਗਾਉਂਦੀ ਮੈਂ ਜਾਂਦੀ ਪੇਸ਼ ਨਹੀਂ ਕੋਈ ਕਸੂਰ ਮੰਗਾ ਅਸ਼ਰ ਮੈਦਾਨ ਨੂੰ ਜਾਂਦੀ ਮੈਂ ਅਰਸ਼ਦ ਦੀ ਆ ਗਈ ਲਾਸ਼ ਆਏ ਤੋਬਾ ਮਾਤਮ ਦਾ ਸ਼ੋਰ ਕੀ ਇੱਕ ਤੂਫਾਨ ਆਇਆ ਅਥਰੂ ਪੱਥਰਾਂ ਦੇ ਪੈ ਵਗਦੇ ਸਨ ਓਏ ਉੱਥੇ ਪਿਆਰ ਹੋਵੇ ਜੋ ਇਨਸਾਨ ਆਇਆ ਤੇ ਸਾਟ ਸੈਨ ਤਰਫੈਨ ਵੀ ਲੋੜ ਸਾਰੇ ਓਏ ਆਇਆ ਸਾਰਾ ਖਾਨਦਾਨ ਆਇਆ ਗੱਲ ਸੱਜਣਾ ਦੀ ਕੀ ਕਸੂਰ
ਮੌਕਾ ਵੇਖ ਦੁਸ਼ਮਣ ਵੀ ਪਰੇਸ਼ਾਨ ਆਇਆ। ਗੱਲ ਸਜਣਾ ਦੀ ਕੀ ਕਸੂਰ ਮੰਗਾ, ਉਹ ਮੌਕਾ ਵੇਖ ਦੁਸ਼ਮਣ ਵੀ ਪਰੇਸ਼ਾਨ ਆਇਆ। ਆਏ ਬੱਚਿਆ ਆਏ ਅਰਸ਼ਦ ਬੁਲਾਵਣ, ਆਏ ਵੀਰਨ ਵੱਤ ਵੱਤ ਪਈਆਂ, ਮਾਸੀ ਚਾਚੀ ਭੈਣ ਭਰਜਾਈਆਂ ਬਨ ਸੰਦਲਾ, ਉਹ ਮੂਸੀਨਾ ਪੰਨਣ ਮੱਥ ਪਈਆਂ। ਵਸ ਨਹੀਂ ਕੂਕਣ ਬੇਵਸ ਪਈਆਂ, ਤੇ ਉਹ ਯਾਰ ਦੋਸਤ ਰੋਂਦੇ ਮਾਰ ਆਈ, ਇੱਧਰ ਚਾਚੇ ਦੇ ਪੁੱਤਰ ਭਰਾ ਰੋਂਦੇ, ਉਹ ਸਾਡਾ ਅਰਸ਼ਦ ਕਿਉਂ ਸੰਗ ਤਰੋੜ ਗਿਆ। ਕੂਕਾਂ ਮਾਰਦੇ ਕੱਤ ਕਾਰੋਂਦੇ, ਤੇ ਉੱਚੀਆਂ ਮਾਰ ਆਈ ਗਲ ਵਿੱਚ ਪਾ ਪਾਈ, ਉਹ ਇੱਕ ਦੂਜੇ ਨੂੰ ਗਲ ਲਾ ਰੋਂਦੇ, ਮੁੜ ਕੇ ਅਰਸ਼ਦ ਨਹੀਂ ਆਉਣਾ ਕਸੂਰ ਮੰਦਾ, ਕਾਤ ਸਿਰ ਵਿੱਚ ਸਾਰੋਂਦੇ। ਆਹ ਉਮਰ ਰਫੀਕ ਤੇ ਯਾਰ ਦੋਸਤ, ਔਰ ਟਕਰਾ ਮਾਰ ਦੇ ਜਾਮੇ ਫਾੜ ਕੇ ਤੇ, ਕਦੀ ਇੰਜ ਨਹੀਂ ਅਰਸ਼ਦ ਲੰਘ ਜਾਂਦੇ, ਉਹ ਸੱਜਣਾ ਨੂੰ ਸੱਜਣ ਤਾੜ ਕੇ ਤੇ, ਤੇ ਤੂੰ ਉਹਨਾਂ ਦਾ ਵੀ ਕੀਤਾ ਖਿਆਲ ਨਹੀਂ, ਉਹ ਵਸਦਿਆਂ ਜਿਨ੍ਹਾਂ ਨੂੰ ਗਿਆ ਉਜਾੜ ਕੇ ਤੇ, ਇੱਥੋਂ ਕੱਟਿਆ ਡੋਰ ਕਸੂਰ ਮੰਗਾ, ਉਹ ਗੁੱਡੀ ਰਸਦੀ ਜਿੰਨਾ ਚਾਰ ਕੇ ਤੇ। ਆ ਪੀਰ ਸਾਹਿਬ ਰਵਤ ਚਾਰ ਹੈ ਉਹ ਜਰਾ ਤੋਂ ਫੇਰ ਤੇ ਜੰਮਣ ਵਾਲੀ ਦਾਲ ਨਹੀਂ ਦੱਸਣ ਹੁੰਦਾ, ਉਹ ਕਰ ਕਰ ਵੈਣ ਦਾਮ ਦੀ ਚੱਲ ਬੈਠੀ, ਇਹ ਬੁੱਧ ਮਾਲ ਸਣ ਆਰ ਗਏ ਬਖਤ ਮੇਰੇ, ਉਹ ਕਰੂੰ ਅਰਸ਼ਦ ਮੈਂ ਬੋਧ ਨੂੰ ਕਰ ਬੈਠੀ, ਤੇ ਸੀਨਾ ਕਾਲ ਜੇ ਕਾਲ ਜੇ ਮੋਰੀਆਂ ਨੇ, ਉਹ ਕਾਲ ਜਾ ਮੋਰੀਆਂ ਹਾਰ ਮੇਰਾ, ਡਾਡੇ ਖਾਬ ਛੋੜੇ ਦੇ ਸਲ ਬੈਠੀ, ਐਦੇ ਜਿਉਂ ਦੀ ਅਜੇ ਕਸੂਰ ਬੈਠੀ, ਤੇ ਰੋ ਰੋ ਬਾਪ ਪਿਆਰਾ ਆਖਦਾ ਏ, ਮੇਰੇ ਸੋਹਣਿਆ ਬਦਰ ਮਨੀਰ ਅਰਸ਼ਦ, ਉਹ ਤੇਰੀ ਠੰਡ ਤੇ ਬੜੀ ਸੀ ਗੱਲ ਮੇਰੀ, ਉਹ ਹੁਣ ਕਰਕੇ ਗਿਆ ਆਖੀਰ ਅਰਸ਼ਦ, ਤੇ ਕਿਸੇ ਪਾਸ ਦੀ ਲਈ ਨਹੀਂ ਆਸ ਮੈਨੂੰ, ਕਿਤੇ ਦਿਲ ਨਾ ਕਰੇ ਖਲੀਲ ਅਰਸ਼ਦ, ਰਿਹਾ ਸ਼ਾਨ ਗੁਮਾਨ ਨਾ ਕਸੂਰ ਮੰਦਾ, ਉਹ
ਸਾਨੂੰ ਕਰਕੇ ਗਿਆ ਫਕੀਰ ਅਰਸ਼ਦੋ ਤੇ ਚਾਚੇ ਦੀਆਂ ਧੀਆਂ ਵਾਂਗ ਮੀਆਂ ਉਹ ਕਰਨ ਵੈਣ ਤੇ ਨੈਣ ਬਰਸਾਂਦੀਆਂ ਨੇ ਜਾਨੀ ਵਾਰ ਨਾ ਤੂੰ ਮਿਲ ਗਿਆ ਕਿਉਂ ਅਰਸ਼ਦਾ ਸਮਝ ਨਿਸ਼ਾਨੀਆਂ ਟਕਾਂਦੀਆਂ ਨੇ ਕਦੀ ਚੁੱਕਣ ਤੇ ਧਰ ਕਸੂਰ ਮੰਦਾ ਕਦੀ ਨਿਸ਼ਾਨੀਆਂ ਸਮਝ ਟਕਾਂਦੀਆਂ ਨੇ ਤੇ ਆਖਰ ਵਿੱਚ ਮੀਆਂ ਨੈਤ ਦੁਆ ਮੰਗਦਾ ਨਾ ਪਾਕ ਅੱਗੇ ਐ ਮੇਰੇ ਮੌਲਾ ਆਪਣਾ ਕਰਨ ਦਾ ਮੀਂਹ ਵਰਸਾਈ ਤੇ ਮੇਰੇ ਅੰਦਰ ਅਲੀ ਨੱਤ ਨਾ ਰਹਿ ਜਾਏ ਕਿਉਂਕਿ ਬਾਬੇ ਨੈਤ ਦਾ ਵੀ ਪੁੱਤਰ ਹੋਇਆ ਸੀ ਫੌਤ ਹੋ ਗਿਆ ਸੀ ਤੇ ਨਾ ਤੇ ਉਹਦਾ ਰਹਿਣਾ ਨਾ ਸਾਈਆਂ ਦਾ ਮਗਰ ਹੱਥ ਹੋਵੇ ਤੇ ਨਾ ਰਹਿੰਦਾ ਉਂਝ ਦੁਆ ਮੰਗੀ ਪੇ ਅੱਲਾ ਪਾਕ ਇਹ ਸ਼ਾਖ ਮੂੰਹ ਫੁੱਟੇ ਤੇ ਇਹਨੂੰ ਫਲ ਫੁੱਲ ਲੱਗੇ ਤੇ ਕਿਹੜੀ ਦੁਆ ਮੰਗਦਾ ਮੀਆਂ ਨੈਤ ਜਾਵੇ ਮੌਲਾ ਫੁੱਲ ਤੇ ਫਲ ਲਗਾ ਦੇਵੇ ਔਰ ਨਿਕਲੇ ਸ਼ਾਖ ਸ਼ਗੂਫਿਆ ਫੁੱਟ ਮੁੰਡੀ ਵਗੀ ਫਿਲਾ ਤੇ ਬਾਰ ਲਿਆ ਦੇਵੇ ਕਸੂਰ ਮੰਦ ਵਾਂਗੂ ਨਾ ਅਲੀ ਨੱਤ ਰਹਿ ਜਾਏ ਮੇਰੇ ਮਾਲ ਕਾ ਕਰਮ ਕਮਾ ਦੇਵੇ ਕਸੂਰ ਮੰਦ ਵਾਂਗੂ ਨਾਲੀ ਨੱਤ ਰਹਿ ਜਾਏ ਉਹ ਮੇਰੇ ਮਾਲ ਕਾ ਕਰਮ ਕਮਾ ਦੇਵੇ ਭਾਈ ਰਿਆ ਤੁਹਾਡੀ ਵਾਰ ਫਰਮਾਇਸ਼ ਮੈਂ ਪੂਰੀ ਕਰ ਦਿੱਤੀ ਹੈ ਮੈਂ ਕਿਹਾ ਚਲੋ ਭਰਜਾਈ ਦੀ ਫਰਮਾਇਸ਼ ਸੀ ਮੇਰਾ ਤਾਂ ਦਿਲ ਸੀ ਚਲੋ ਸਾਧਾ ਦੇ ਨਾਲ ਜਿਹੜਾ ਭਰਜਾ ਤੋਂ ਕੋਈ ਨਹੀਂ ਜੋ ਬਣਿਆ ਵਿਆਹ ਸ਼ਾਹ ਦੇ ਵਿੱਚ ਐਸੇ ਤਰ੍ਹਾਂ ਚੱਲ ਤਾਂ ਮੈਂ ਕਿਹਾ ਚਲੋ ਉਂਝ ਹੀ ਭਰ ਕੇ ਟੋਨੇ ਦਿਲ ਦਾ ਕਿੱਸਾ ਜਿਹੜਾ ਉਂਝ ਵੀ ਭਰਿਆ ਹੋਵੇ ਤੇ ਉਹ ਬੰਦੇ ਨੂੰ ਸੁਣਨੇ ਦਾ ਦਿਲ ਕਰਦਾ ਤੇ ਨਿਊ ਜਰਸੀ ਵਾਲਿਆਂ ਦੀ ਰਹਿ ਗਈ ਫਰਮਾਇਸ਼ ਕਿਸੇ ਜਿਹੜੇ ਉਹ ਵੀ ਪੂਰੀ ਕਰ ਜਾਂਦੇ ਅਸਲਾਮ ਵਾਲੇ